ਰਾਣਾ ਸਾਹਿਬ ਇਸ ਕੰਮ ਦੀ ਵਿੱਚ ਅਸੀਂ ਵੀ ਤੁਹਾਡੇ ਨਾਲ ਤੁਹਾਡੇ ਨਜ਼ਰ ਹੋਵਾਂਗੇ। ਜ਼ਿਮੀਦਾਰਾਂ ਦਾ ਗੰਨਾ ਹੀ ਨੀ ਜਾਣਾ, ਤਬਾਹੀ ਫੈਲ ਜਾਣੀ ਹੈ ਤੇ ਫਿਰ ਨਾ ਰਹੇ ਮੇਰੇ ਤੇ ਨਾ ਰਹਿਣ ਕਮਾਦ ਚਲਾ ਦੇ ਫਿਰ ਮੀਆਂ ਸਲਮ ਕਾ ਦੇ ਕਰੋ ਤੇ ਅਮਨ ਪਿਆਰ ਨਾਲ ਅਸੀਂ ਵੀ ਚਲਾਉਣਾ ਚਾਹੁੰਦੇ ਹਾਂ ਕਰੇ ਨਾ ਤੇ ਫਿਰ ਪਤਾ ਲੱਗੇ ਕੀ ਭਾਅ ਵੇਖਦੀ ਹੈ। ਗੌਰਮੈਂਟ ਆਪਣੀ ਮਿਹਨਤ ਕਰ ਨੀ ਰਹੀ, 130 ਰੁਪਏ ਦੀ ਗੰਨਾ ਲੈ ਰਹੇ ਨੇ, ਜਾ ਕੇ ਚੈੱਕ ਕਰਾ ਲਓ ਉੱਥੇ ਇਹ ਨਾਲ ਮਿਲ ਲੈ ਤੁਹਾਡੇ ਬਦਲਾ ਚੱਲ ਰਹੇ ਨੇ, ਉੱਥੇ ਗੰਨਾ ਚੱਲ ਰਹੀ ਹੈ 132 ਚ ਲੈ ਰਹੇ ਨੇ ਆਪਣੀ ਵਾਰੀ ਹੁਣ ਦੇ ਦਿਓਗੇ ਜੀਐਮ ਸਾਹਿਬ ਸਹੀ ਆਖ ਰਹੇ ਨੇ ਜੀ। ਬਾਕੀ ਇਹ ਜਿਹੜਾ ਗੰਨਾ ਗੰਦਾ ਹੋਏਗਾ ਅਸੀਂ ਤੁਹਾਡੇ ਨਾਲ ਤਾਮਨ ਕਰਨ ਨੂੰ ਤਿਆਰ ਆ, ਉਹਨਾਂ ਨੂੰ ਕਹਿੰਦੇ ਆ ਕਿ ਠੀਕ ਗੰਨਾ ਦਿਓ। ਗੰਦਾ ਗੰਦਾ ਜੀ ਉਹ ਮੌਕਾ ਹੀ ਲੰਘ ਗਿਆ, ਹੁਣ ਰਾਤ ਦਿਨੇ ਤਾਜ਼ਾ ਗੰਨਾ ਪਿਆਉਂਦਾ ਉਹ ਮੌਕਾ ਲੰਘ ਗਿਆ। ਛੋਟੀ ਜੀ ਗੱਲ, ਬਾਹਰ ਲਿਖਿਆ ਹੋਇਆ ਕਿਸਾਨ ਦੋਸਤ ਅਦਾਰਾ, ਕੁਛ ਇਲਾਜ ਰੱਖਣ ਪਾਕਿਸਤਾਨ ਜੋ ਫੈਸਲਾ ਕਰੇਗੀ ਉਹ ਸਾਨੂੰ ਮੇਲਿਆਂ ਕੋਲ ਲੈ ਕੇ ਦੇਵੇ ਜਾਂ ਉਹ 20 ਰੁਪਏ ਕੋਲੋਂ ਦੇਵੇ, ਜ਼ਿਮੀਦਾਰ ਨੂੰ ਤਾਂ 180 ਮਿਲਣਾ ਚਾਹੀਦਾ। ਅਗਰ ਜ਼ਿਮੀਦਾਰ ਅਗਰ ਗੌਰਮੈਂਟ 20 ਰੁਪਏ ਘਟਾਉਂਦੀ ਏ, ਅਸੀਂ ਪੁੱਛ ਲਾਂਗੇ ਗੌਰਮੈਂਟ ਨੂੰ ਵੀ ਕਿੱਥੋਂ ਦੇਣੇ ਜੇ ਲਿਆਓ ਜੋ ਜ਼ਿਮੀਦਾਰਾਂ